बिस्मिल्लाहिर्रहमानिर्रहीम अस्सलामुअलैकुम दोस्तों, तुसीं वेख रहे हो एतमाद टीवी ते मैं हाँ तुहाडा दोस्त मंजूर अहमद। दोस्तों रोज़ाना तुहाडे वास्ते नवें तो नवीं वीडियो सोहणे ते खूबसूरत जानवरां दी लै के हाज़र हुंदे आं। अज्ज तुहाडे वास्ते लै के आया बहुत ही खूबसूरत कुमैत रंग दा घोड़ा। घोड़ा वेखण तों पहले साडे चैनल नूं करो सबसक्राइब ते बैल आइकन दा बटन जरूर प्रेस करो ताकि साडी हर आवण वाली वीडियो बिल्कुल आसानी दे नाल तुहाडे तक पहुँच सके। कैमरामैन जो घोड़ा विखांदा फिर आपां मालिक दे नाल गल करने आं। घोड़ा भाई इन टोरो ना थोड़ा जहा छ ਇੱਥੋਂ ਵਾਪਸ ਆਈ ਸਾਈਡ 'ਤੇ ਇਹਦੇ ਨਾਲ ਥੋੜ੍ਹਾ ਠੀਕ ਹੈ ਜਾਵਾਂ ਤਾਂ ਜਾਵਾਂ ਮੈਂ ਇੱਕ ਮਿੰਟ ਇੱਥੇ ਰੁਕੋ ਸੂਰਜ ਪੈ ਰਿਹਾ ਕੈਮਰਾ ਅੱਗੇ ਨਾ ਚਲੋ ਟੋਰੋ ਜੀ ਵਾਪਸ ਲੈ ਚਲੋ ਚੜ੍ਹ ਲਓ ਚੜ੍ਹਨਾ ਇਹਨਾਂ 'ਚ ਚੜ੍ਹ ਜਾਓ ਉੱਤੇ ਚੜ੍ਹੋ ਜੀ ਚੜ੍ਹੋ
ਹਾਂ ਉਸ ਸਾਈਡ 'ਤੇ ਉਹਨਾਂ ਤੁਸੀਂ ਚੜ ਜਾਓ। ਥੋੜ੍ਹਾ ਜਿਹਾ ਇੱਕ ਮਿੰਟ ਰੋਕੋ, ਚਲੋ ਬਸ ਆਵਾਂ ਦੇ ਵਾਪਸ। ਠੀਕ ਹੈ, ਠੀਕ ਹੈ ਲਾ ਚਲੋ ਬੰਨਾ ਚੱਲ ਕੇ। ਨਹੀਂ ਇਹ ਜਿਹੜਾ ਨਾ ਪੁੱਛ ਤੁਹਾਡੇ ਕੋਲ ਗੱਲਾਂ ਪੁੱਛਣੀਆਂ ਨੇਗੀਆਂ, ਉਹ ਤੁਸੀਂ ਇੱਕ ਮਿੰਟ ਖਲੋ ਫਿਰ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਅਤੇ ਨਾਮ ਕੀ ਹੈ ਬਾਈ ਉਹਨਾਂ ਦਾ? ਮੇਰਾ ਨਾਮ ਹਾਫਿਜ਼ ਆਫਤਾਬ ਅਹਿਮਦ। ਹਾਫਿਜ਼ ਆਫਤਾਬ ਅਹਿਮਦ ਨਾਮ ਹੈ, 417 ਤਹਿਸੀਲ ਤਾਂਦਲਿਆਂ ਵਾਲਾ ਜ਼ਿਲ੍ਹਾ ਫੈਸਲਾਬਾਦ, ਜਿੱਥੇ ਦਾ ਹੈ ਬਾਈ ਗੁੜ ਹੈ। ਅਤੇ ਅੱਛਾ ਬਾਈ ਇਹਦਾ ਮੂੰਹ ਕੀ ਹੈ ਜੀ? ਪਾਣੀ ਲੱਗ ਗਿਆ ਇਸ ਵਜੇ ਗੋੜੇ ਦੇ। ਮਾਸ਼ਾਅੱਲਾ ਸ਼ੌਕੀਨ ਇਸ ਚੀਜ਼ ਨੂੰ ਬਿਹਤਰ ਜਾਣਦੇ ਨੇ, ਸਾਡਾ ਜ਼ਿਆਦਾ ਰੁਝਾਨ ਮੱਝੀ ਅੱਲੇ। ਚਲੋ ਇਹ ਗੋੜਾ ਬਾਈ ਹੋਰਾਂ ਕਲਾ, ਕੁਛ ਦੋਸਤਾਂ ਦੀ ਫਰਮਾਇਸ਼ ਹੈ ਕਿ ਸਾਨੂੰ ਗੋੜਾ ਦਿਖਾਓ, ਅਸੀਂ ਖਰੀਦਣਾ ਅਤੇ ਉਹਨਾਂ ਵਾਸਤੇ ਬਾਈ ਹੋਰਾਂ ਨੇ ਸੇਲ ਕਰਨਾ। ਅਤੇ 5 ਲੱਗ ਗਿਆ ਜੀ ਨਵਾਂ, ਹੁਣ ਦੱਸ ਰਹੇ ਨੇ ਬਾਈ ਹੋਰੀ। ਅਤੇ ਉਮਰ ਕਿੰਨੀ ਹੈ ਬਾਈ ਇਹਦੀ? ਉਮਰ 5 ਸਾਲ ਦਾ ਹੋ ਗਿਆ, ਤਾਂ ਹੀ 5 ਲੱਗਾ। ਅੱਛਾ 5 ਸਾਲ ਦਾ ਹੋ ਗਿਆ, ਤਾਂ ਹੀ 5 ਲੱਗਾ। ਕੁਛ ਜਿਹੜੀਆਂ ਗੱਲਾਂ ਤੁਹਾਡੇ ਕੋਲ ਤੁਸੀਂ ਖੁਦ ਦੇ ਦੀਆਂ ਦੱਸ ਛੱਡੋ, ਤੁਸੀਂ ਵੀ ਗੋੜੇ ਦੇ ਬਾਰੇ ਬਿਹਤਰ ਜਾਣਦੇ ਹੋ ਅਤੇ ਬਾਈ ਹੋਰੀ ਵੀ ਜਾਣਦੇ ਨੇ, ਕਿਉਂਕਿ ਮੈਨੂੰ ਇਤਨਾ ਇਲਮ ਨਹੀਂ ਹੈ ਕਿ ਜਿਹੜਾ ਮੈਂ ਤੁਹਾਨੂੰ ਸਵਾਲ ਕਰਾਂ। ਨੇਜ਼ਾਬਾਜ਼ ਗੋੜਾ ਪੱਕਾ ਬਾਈ ਜੀ? ਨੇਜ਼ਾਬਾਜ਼ ਗੋੜਾ ਜੀ ਪੱਕਾ। ਇਹ ਬਾਈ ਹੋਰੀ ਦੱਸ ਰਹੇ ਨੇ। ਹਾਂ ਬਾਕੀ ਇੱਕ ਜਿਹਾ ਗੱਲ ਸਾਡੇ ਇਲਮ ਵਿੱਚ ਹੈ ਕਿ ਬਾਈ ਹੋਰਾਂ ਦਾ ਨਾਮ ਹੈ ਇਸ ਇਲਾਕੇ ਦੇ ਵਿੱਚ, ਨੇਜ਼ਾਬਾਜ਼ੀ ਦੇ ਸਵਾਰਾਂ ਦੇ ਵਿੱਚ ਨਾ ਮਾਸ਼ਾਅੱਲਾ ਇੱਕ ਅੱਛਾ ਨਾਮ ਜਾਣਿਆ ਪਹਿਚਾਣਿਆ ਨਾਮ ਹੈ ਬਾਈ ਹੋਰਾਂ ਦਾ। ਅਤੇ ਇਹ ਵੀ ਸੁਣਿਆ ਕਿ ਗੋੜੇ ਬਹੁਤ ਅੱਛੇ ਰੱਖਦੇ ਨੇ। ਅਸੀਂ ਕਿਸੇ ਕੋਲ ਪਤਾ ਕਰਕੇ ਆਇਆ ਸੀ, ਸਾਡੇ ਇੱਕ ਦੋਸਤ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਗੋੜਾ ਲੈਣਾ, ਅਤੇ ਅਸੀਂ ਉੱਥੋਂ ਪਤਾ ਕੀਤਾ ਅਤੇ ਸਾਨੂੰ ਪਤਾ ਲੱਗਿਆ ਕਿ ਬਹੁਤ ਹੀ ਅੱਛੇ ਅਤੇ ਨਸਲਦਾਰ ਗੋੜੇ ਬਾਈ ਹੋਰਾਂ ਕੋਲ ਹੁੰਦੇ ਨੇ, ਅਸੀਂ ਇਹ ਉੱਥੋਂ ਤਾਂ ਕਰਕੇ ਆਇਆ ਸੀ। ਹੋਰ ਜੀ ਇਹਦੀ ਕੋਈ ਖੂਬੀ ਤੁਹਾਡੇ ਇਲਾਮੇ 'ਚ? ਮਾਲਕ ਤਾਂ ਖੈਰ ਕਰਦਾ ਰਹਿੰਦਾ, ਜਿਹੜੀ ਅੱਛੀ ਚੀਜ਼ ਤੁਸੀਂ ਵਿਖਾ ਸਕੋ ਉਹ ਇਹਦੇ ਬਾਰੇ ਤੁਸੀਂ ਦੱਸ ਛੱਡੋ ਕੋਈ। ਸਪੀਡਰ ਗੋੜਾ ਵੇ, ਸਪੀਡਰ ਗੋੜਾ ਜੀ, ਚਾਲਬਾਜ਼ ਬਹੁਤ ਹੈ, ਚਾਲਬਾਜ਼ ਹੈ। ਠੀਕ ਹੋ ਗਿਆ ਜੀ। ਤੇ ਚਲੋ ਬਾਕੀ ਚੰਗੀ ਪੱਕੀ ਕਰਦਾ ਵੇ, ਪੱਕੀ ਨੇਜ਼ਾਬਾਦੀ ਕਰਦਾ ਹੈ। ਬਾਕੀ ਦੋਸਤ ਖੁਦ ਵੇਖ ਰਹੇ ਜਿਹੜੇ ਇਸ ਚੀਜ਼ ਦੇ ਸ਼ੌਕੀਨ। 7 ਗਿੱਠਾਂ ਕਰ ਦਿੰਦਾ ਵੇ, 7 ਗਿੱਠਾਂ। ਹਾਂ ਕੱਦ ਮਾਸ਼ਾਅੱਲਾ ਸੋਹਣਾ ਉੱਚਾ ਲੰਮਾ ਕੱਦ ਹੀ ਸੁ ਗਿਆ, ਕੱਦ ਤਾਂ ਤੁਹਾਨੂੰ ਨਜ਼ਰ ਵੀ ਆ ਰਿਹਾ ਤਕਰੀਬਨ ਮੇਰੇ ਸਿਰ ਤੱਕ, ਕਰ ਲਓ ਮੋਢੇ ਤੱਕ ਆ ਰਿਹਾ ਮਾਸ਼ਾਅੱਲਾ।
ਸੋਹਣਾ ਉਛਾਲਾ ਮਕਾ ਦੇ ਸੋ। ਬਾਕੀ ਦੋਸਤ ਸਾਡੇ ਵੇਖ ਰਹੇ ਨੇ ਜਿਹੜੇ ਇਸ ਚੀਜ਼ ਦੇ ਸ਼ੌਕੀਨ ਨੇ ਇਹਦੀ ਖੂਬੀ ਖਾਮੀ ਖੁਦ ਬਿਹਤਰ ਜਾਣਦੇ ਨੇ। ਬਾਕੀ ਇੱਕ ਤਾਂ ਆਪਣਾ ਨੰਬਰ ਵਿੱਚ ਬੋਲ ਦੇਵੋ ਤਾਂ ਕਿ ਕੋਈ ਉਹਨਾਂ ਨੇ ਤੁਹਾਡੇ ਕੋਲ ਸਵਾਲ ਜਵਾਬ ਕਰਨੇ ਹੋਵੇ ਤਾਂ ਉਹ ਕਰ ਲਈ ਸਨਗੇ। 0349-720-77 0349-720-77 ਇਹ ਬਾਈ ਦਾ ਨੰਬਰ ਹੈ। ਤੁਸੀਂ ਜੋ ਕੁਛ ਇਹਦੇ ਬਾਰੇ ਮਜ਼ੀਦ ਕੋਈ ਪੁੱਛਣਾ ਦੱਸਣਾ ਚਾਹੋ ਤੁਸੀਂ ਪੁੱਛ ਸਕਦੇ ਹੋ। ਹੁਣ ਬਾਕੀ ਜੀ ਫਾਈਨਲ ਜਿੱਥੇ ਤੁਸੀਂ ਇਹ ਦੇਵਣਾ ਹੈ ਘੋੜੇ ਦੀ ਕੀਮਤ ਦੱਸ ਦਿਓ। ਫਾਈਨਲ ਦੀ ਕੀਮਤ ਦੀ ਫਾਈਨਲ 6 ਲੱਖ ਰੁਪਈਆ ਜੀ। ਅਗਰ ਸਾਡੇ ਦੋਸਤ ਤੁਹਾਨੂੰ ਕੋਈ ਕਾਲ ਕਰ ਦੇਣ ਕੋਈ ਪਿਆਰ ਮੁਹੱਬਤ ਉਹਦੇ ਵਿੱਚ ਕਰ ਸੋ ਕੋਈ ਸਫ਼ਰ ਕਰਕੇ ਆਉਂਦੇ ਸ਼ੌਕੀਨ ਹਜ਼ਰਾਤ ਕਿਰਾਇਆ ਵੀ ਭਰ ਕੇ ਨਾ ਲੈ ਜਾਂਦਾ। ਕਿਰਾਇਆ ਜੇ 50,000 ਹੋਇਆ ਜਾਂ ਚੜ੍ਹਦੇ ਨਹੀਂ 50,000 ਕਿਰਾਇਆ ਥਾਈਲੈਂਡ ਲੈ ਜਾਣਾ ਹੋ ਸਕਦਾ ਬਈ ਕਿਰਾਇਆ ਵੀ ਨਹੀਂ ਤੂੰ ਜਿਹੜਾ ਛੱਡਣਾ ਹੈ ਨਾ ਸਾਨੂੰ ਹੁਣੇ ਸਾਨੂੰ ਵੀ ਪਤਾ ਲੱਗਿਆ ਕਿ ਸਾਡੇ ਨਾਲ ਮੁਹੱਬਤ ਕੀਤੀ ਸੀ। 5,000 ਰੁਪਈਆ ਲੈਸ ਕਰ ਦੇ ਯਾਰ ਲੱਖਾਂ 'ਚ 5,000 ਬਹੁ ਗੱਡ ਸ਼ਾਇਦ ਨਹੀਂ ਲਾਲਾ ਬੜੇ ਲੱਖਾਂ 'ਚ ਤਾਂ ਹਜ਼ਾਰਾਂ ਛੱਡੀਂਦੇ ਤੂੰ 5,000 ਛੱਡੀ ਵੜ ਬੜਾ ਬਈ ਯਾਰ ਨਹੀਂ ਕੁਛ ਹੋਰ ਨਹੀਂ ਲਾਲਾ ਇਸ ਤੋਂ ਘੱਟ ਨਹੀਂ ਕਨਫਰਮ ਦੀ ਕੀਮਤ। ਬਾਕੀ ਹੁਣ ਬਾਈ ਬਿਹਤਰ ਜਾਣਦੇ ਨੇ ਵਾਰ ਵਾਰ ਆਖਣਾ ਅੱਛਾ ਵੀ ਨਹੀਂ ਲੱਗਦਾ ਮੈਨੂੰ ਤਾਂ ਇਤਨਾ ਨਹੀਂ ਆਈਡੀਆ ਜੇ ਕੀਮਤ ਦੇ ਲਿਹਾਜ਼ ਨਾਲ ਵੀ ਅਤੇ ਮੈਂ ਐਵੇਂ ਬਹਿਸ ਕੀਤੀ ਜਾਵਾਂ ਤੁਸੀਂ ਬਿਹਤਰ ਜਾਣਦੇ ਹੋ ਕਿੰਨੇ ਦੀ ਚੀਜ਼ ਹੈ ਕੋਈ ਸਮਝ ਚਾਹੇ ਤਾਂ ਬਾਈ ਦਾ ਨੰਬਰ ਹੀ ਨੇ ਕੋਈ ਅੱਲਾ ਖੈਰ ਕਰੇ ਦੋਸਤ ਸਾਡੇ ਕਾਲ ਕਰਨ ਨਾ ਅਤੇ ਉਹਨਾਂ ਨਾਲ ਜ਼ਰੂਰ ਪਿਆਰ ਮੁਹੱਬਤ ਕਰਿਆ ਅਤੇ ਬਾਕੀ ਦੋਸਤੋ ਘੋੜਾ ਤੁਹਾਨੂੰ ਵਿਖਾ ਦਿੱਤਾ ਮੇਰੇ ਲਿਹਾਜ਼ ਨਾਲ ਤਾਂ ਮਾਸ਼ਾਅੱਲਾ ਖੂਬਸੂਰਤ ਅਤੇ ਕੱਦ ਆਵਰ ਸੋਹਣਾ ਹੈ ਅਤੇ ਬਾਕੀ ਤੁਸੀਂ ਆਪ ਬਿਹਤਰ ਜਾਣਦੇ ਹੋ। ਠੀਕ ਹੈ ਦੋਸਤੋ ਅਗਰ ਪਸੰਦ ਆਉਂਦਾ ਹੀ ਨਹੀਂ ਤਾਂ ਬਾਈ ਨਾਲ ਰਾਬਤਾ ਕਰ ਲਵੋ ਸਾਡੇ ਨਾਲ ਕਰ ਲਵੋ ਕੋਈ ਮਸਲਾ ਨਹੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਬਿਲਕੁਲ ਜਿੰਨਾ ਹੋ ਸਕੇ ਮੁਨਾਸਿਬ ਸੌਦਾ ਕਰਾਈਏ। ਠੀਕ ਹੈ ਦੋਸਤੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਦੇ ਨਾਲ ਪਹੁੰਚ ਸਕੇ। ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ, ਇਜਾਜ਼ਤ ਦੇਵੋ, ਖੁਦਾ ਹਾਫਿਜ਼। ਇੱਕ ਮਿੰਟ ਮੱਥਾ ਦਿਖਾਇਆ ਜੇ ਫਿਰ ਦੁਬਾਰਾ ਨਾ ਇਹਦਾ ਇਹ ਬੇਲੀ ਸਾਰਾ ਜਾਣ ਲਈ ਮੋੜ ਦੇਈ ਇਹਨਾਂ ਦੇ ਉਹ ਕੋਈ ਨਹੀਂ ਇਸ ਚੀਜ਼ ਦਾ ਲੁਕੀ ਲਿਆ ਰਹੇ। ਹਾਂ ਬਿਲਕੁਲ ਜੀ ਹੁਣ ਬਾਕੀ ਦੋਸਤ ਮਜ਼ੀਦ ਵੇਖ ਰਹੇ ਜਿਹੜੀਆਂ ਖੂਬੀਆਂ ਜਾਂ ਖਾਮੀਆਂ ਹਨਗੀਆਂ ਠੀਕ ਹੈ। ਹਾਂ ਵੀਡੀਓ ਨੂੰ ਆਫ ਕਰ ਦੇਵੋ ਜੀ।